ਮੇਰਾ ਨਾਂ ਜੀ ਗੁਰਚਰਨ ਸਿੰਘ ਉਰਫ ਕਾਕਾ ਸਰਪੰਚ ਹੈ, ਪਿੰਡ ਜੰਡਲ ਹੈ। ਅਸੀਂ ਪਰਸੋਂ ਰਿਸ਼ਤੇਦਾਰ ਨੂੰ ਮਿਲਣ ਗਏ ਹਾਂ। ਅਸੀਂ ਘਰੋਂ ਤੁਰੇ ਹਾਂ ਜੀ 11 ਵਜੇ, ਅਤੇ ਘਰ ਮੇਟ ਸੀਗੀ, ਘਰ ਲੌਕ ਕਰ ਗਏ ਸੀਗੇ, ਅਤੇ ਉਹ ਬਾਹਰਲੇ ਕੰਮ ਕੋਈ ਪਏ ਸੀ, ਉਹ ਮੇਟ ਕੰਮ ਕਰਕੇ 1:30 ਵਜੇ ਕੰਮ ਕਰਕੇ ਉਹਦਾ ਘਰ ਨੂੰ ਲੌਕ ਲਾ ਕੇ ਉਹ ਜਾਵੜੀ ਹੈ। ਫਿਰ 2:03 'ਤੇ ਸਾਡੇ ਤਾਂ ਜਦੋਂ ਕੈਮਰੇ DVR ਵਗੈਰਾ ਲੈ ਕੇ ਪੱਟ ਗਏ, ਅਤੇ ਪਰ ਮਗਰ ਗੁਆਂਢੀਆਂ 'ਤੇ ਕੈਮਰਾ ਹੈਗਾ, ਉਸ ਕੈਮਰੇ ਤੋਂ ਪਤਾ ਲੱਗਿਆ ਵੀ ਉਹ 2:03 'ਤੇ ਕੰਧ ਚੜ੍ਹਿਆ, ਅਤੇ 2:00 ਨੀਅਰ ਅਬਾਊਟ 33-34 'ਤੇ ਉਹ ਲੁੱਟ ਖੋਹ ਕਰਕੇ ਬਾਹਰ ਲੰਘ ਗਿਆ। ਕਿੰਨੇ ਬੰਦੇ? ਉਹਦੇ 'ਚ ਜੀ 3 ਬੰਦੇ ਆ, ਉਹ ਇੱਕ ਤਾਂ ਉੱਥੇ ਹੀ ਖੜ੍ਹਾ ਰਹਿ ਗਿਆ, 2 ਬੰਦੇ ਕੰਧ ਚੜ੍ਹ ਕੇ ਇੱਧਰ ਘਰ ਐਂਟਰ ਕੀਤੇ ਆ। ਨੁਕਸਾਨ ਜੀ 50,000 ਨਕਦੀ ਲੈ ਗਏ, ਅਤੇ ਨੀਅਰ ਅਬਾਊਟ 15-17 ਤੋਲੇ ਸੋਨਾ ਲੈ ਗਏ। ਨਹੀਂ ਹੈ, ਨੌਜਵਾਨ ਪੂਰੇ ਜਰਵਾਣੇ ਸਰੀਰਾਂ ਦੇ ਮੁੰਡੇ ਆ, ਅਤੇ ਇਹ ਨਹੀਂ ਵੀ ਕੋਈ ਓਲਡ ਏਜ ਜਾਂ ਉਹ ਤਰ੍ਹਾਂ ਨਹੀਂ, ਪੂਰੇ ਹੈਗੇ ਆ, ਪੂਰੇ ਐਕਟਿਵ ਮੁੰਡੇ ਆ, ਪੂਰੇ ਛਾਲ ਮਾਰ ਕੇ ਕੰਧਾਂ ਤੋਂ ਚੜ੍ਹੇ, ਬਗੈਰ ਪੌੜੀ ਤੋਂ ਚੜ੍ਹੇ ਆ। ਘਰੋਂ ਫਿਰ ਉਹ ਘੋੜੀ ਲਾ ਕੇ ਬਾਹਰ ਨਿਕਲੇ ਆ, ਘਰ ਫਿਰ ਉਹਨਾਂ ਨੇ ਆ ਕੇ ਬਾਹਰ ਭੰਨੇ, ਮੇਨ ਗੇਟ ਲੋਬੀ ਦਾ ਭੰਨਿਆ, ਫਿਰ ਬੈੱਡਰੂਮ ਦਾ ਭੰਨਿਆ, ਫਿਰ ਬੇਟੀ ਦਾ ਕਮਰਾ ਵੀ ਭੰਨਿਆ, ਵੀ ਸਾਰੇ ਘਰ ਦੇ ਉਹਨਾਂ ਨੇ ਪੂਰਾ ਫਰੋਲਾ ਫਰਾਲੀ ਕੀਤੀ। ਫਿਰ ਉਹਨਾਂ ਨੇ ਮੇਰੇ ਬੈੱਡਰੂਮ ਦੇ ਵਿੱਚ ਜਿੱਥੇ ਗੋਲਡ ਸੀ ਅਤੇ ਇਹ ਸੀ, ਇਹ ਚੀਜ਼ਾਂ ਉਹਨਾਂ ਨੇ ਉੱਥੋਂ ਚੋਰੀ ਕੀਤੀਆਂ। DVR ਵਗੈਰਾ ਉਹ ਨਾਲ ਦੀ ਨਾਲ ਲਾ ਕੇ ਲੈ ਗਏ, ਹਾਂ ਸਾਰਾ DVR ਅਤੇ ਵਾਈਫਾਈ ਵਾਲਾ ਮਾਡਰਨ ਸੀ ਉਹ ਵੀ ਲੈ ਗਏ, ਸਭ ਕੁਛ ਉਹ ਨਾਲ ਲੈ ਗਏ। ਨਹੀਂ ਜੀ, ਮੂੰਹ ਬੰਨੇ ਸੀ ਬਾਈ ਜੀ, ਹੁਣ ਅੱਜ ਤਾਂ ਨਾਮ ਹੀ ਨਹੀਂ ਲਿਆ ਜਾਂਦਾ, ਪਰ ਇਟ ਮੀਨ ਵੀ ਕੋਈ ਬੰਦਾ ਤਾਂ ਸੀਗਾ ਹੀ ਜਿਹੜਾ ਮਗਰ ਸੀਗਾ, ਜਿਹਨੂੰ ਪਤਾ ਸੀ ਮੈਂ ਚੱਲਿਆ, ਮੇਰੇ ਟਾਈਮ ਤੱਕ ਵੇਟ ਕੀਤੀ, ਸਾਡੇ ਗਏ ਮਗਰੋਂ ਇਹ ਰੋਬਰੀ ਕੀਤੀ, ਕੰਮ ਵਾਲੇ ਦੇ ਮਗਰੋਂ ਕੀਤੀ, ਹੈ ਨਾ, ਕੋਈ ਨਾ ਕੋਈ ਤਾਂ ਹੋਊਗਾ। ਹਾਂ, ਪੁਲਿਸ ਵੱਲੋਂ ਅਸੀਂ ਡਿਪਟੀ ਸਾਹਿਬ ਨੂੰ ਵੀ ਮਿਲੇ ਸੀ, ਥਾਣਾ ਸਿਟੀ SHO ਸਾਹਿਬ ਨੂੰ ਵੀ ਮਿਲੇ ਹੈ, ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਵੀ ਅਸੀਂ ਪੂਰਾ ਇਹਨੂੰ ਰਿਕਵਰ ਕਰਾਂਗੇ, ਚੋਰਾਂ ਨੂੰ ਫੜਾਂਗੇ। ਉਹ ਆਏ ਵੀ ਸੀ, ਮੌਕਾ ਵੀ ਦੇਖ ਗਏ, ਸਭ ਕੁਛ ਦੇਖ ਗਏ, ਉਹ ਆਪਦਾ ਪੂਰਾ ਛਾਣਬੀਣ ਕਰ ਰਹੇ ਹੈ। ਉਹਨਾਂ ਦਾ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ ਵੀ 1 ਜਾਂ 2 ਦਿਨਾਂ ਦੇ ਵਿੱਚ ਭਾਈ ਬੰਦੇ ਫੜ ਲਾਂਗੇ। ਇਹ ਪਰਸੋਂ ਕੱਲ੍ਹ ਦੁਪਹਿਰ ਦੀ ਗੱਲ ਹੈ, ਜਿਹੜਾ ਇੱਕ ਗੁਰਚਰਨ ਸਿੰਘ ਜਿਹੜੇ ਕਾਕਾ ਉਰਫ ਪੁੱਤਰ ਸੁਖਮੰਦਰ ਸਿੰਘ ਜੰਡਾਲੇ ਦਾ ਰਹਿਣ ਵਾਲਾ, ਜੋ ਕੋਈ ਤਕਰੀਬ ਘਰੋਂ ਆਪਣੇ 11:15 ਦੇ ਕਰੀਬ ਆਪਣੇ ਰਿਸ਼ਤੇਦਾਰੀ 'ਚ ਗਿਆ ਸੀ ਕਿਤੇ, ਅਤੇ ਉਸ ਟਾਈਮ ਜਿਹੜੀ ਉਹਦੀ ਨੁਕਰਾਣੀ ਘਰ ਵਿੱਚ ਸੀਗੀ, ਅਤੇ ਨੁਕਰਾਣੀ ਤਕਰੀਬਨ 1:30-2 ਵਜੇ ਘਰੋਂ ਕੰਮ ਕਰਕੇ ਬਾਹਰਲੇ ਜਿਹੜਾ ਤਾਲਾ ਲਾ ਕੇ ਚਲੇ ਗਈ ਸੀ, ਜਿਹੜੇ ਅੰਦਰਲੇ ਲੋਕ ਸੀ ਉਹ ਆਪ ਖੁਦ ਲਾ ਗਏ ਸੀਗੇ। ਅਤੇ ਉਦੋਂ ਬਾਅਦ ਉਹਨਾਂ ਨੇ ਜਦੋਂ 5:30 ਵਜੇ ਆ ਕੇ ਦੇਖਿਆ ਤਾਂ ਘਰ ਦੇ ਵਿੱਚ ਆ ਕੇ ਦੇਖਿਆ, ਘਰ ਦੇ ਪਿਛਲੇ ਪਾਸੇ ਲੋਬੀ ਦਾ ਜਿਹੜਾ ਗੇਟ ਦਰਵਾਜ਼ਾ ਤੋੜਿਆ ਹੋਇਆ ਸੀ, ਲੋਕ ਟੁੱਟਿਆ ਹੋਇਆ ਸੀਗਾ। ਅਤੇ ਫਿਰ ਉਹਨਾਂ ਨੇ ਜਾ ਕੇ ਅੰਦਰੋਂ ਚੈੱਕ ਕੀਤਾ ਤਾਂ ਉਹਨਾਂ ਦਾ ਕੁਛ ਜਵੈਲਰੀ ਸੀਗੀ ਤਕਰੀਬਨ 20 ਤੋਲੇ, ਅਤੇ 50,000 ਰੁਪਏ ਕੈਸ਼ ਕੁਛ ਚੋਰੀ ਕਰਕੇ ਲੈ ਗਿਆ। ਅਸੀਂ ਅਨਨੋਨ ਚੋਰ 'ਤੇ ਅਸੀਂ ਪਰਚਾ ਦੇਤਾ, ਜਦੋਂ ਉੱਥੋਂ ਬਾਕੀ ਡੰਪ ਵਗੈਰਾ ਚੁਕਾਇਆ ਗਿਆ, ਟੈਕਨੀਕਲੀ ਅਸੀਂ ਉਹਨੂੰ ਜਲਦੀ ਹੀ ਅਸੀਂ ਟਰੇਸ ਕਰ ਲਾਂਗੇ।